ਅੰਮ੍ਰਿਤਸਰ ਸ਼ਹਿਰ 'ਚ ਇੱਕ ਸਿਰਕੱਟੀ ਲਾਸ਼ ਅੱਜ ਕੱਲ੍ਹ ਲੋਕਾਂ 'ਚ ਖਿੱਚ ਦਾ ਕੇਂਦਰ ਬਣੀ ਹੋਈ ਹੈ। ਕੋਈ ਇਸ ਧੜ ਨੂੰ ਆਪਣਾ ਕਹਿੰਦਾ ਹੈ ਅਤੇ ਕੋਈ ਆਪਣਾ। ਇੱਥੋਂ ਤੱਕ ਕਿ ਇੱਕ ਔਰਤ ਨੇ ਤਾਂ ਇਸ ਨੂੰ ਆਪਣੇ ਪਤੀ ਦੀ ਲਾਸ਼ ਤੱਕ ਕਹਿ ਦਿੱਤਾ। ਅੰਮ੍ਰਿਤਸਰ GRP ਪੁਲਿਸ ਅਧਿਕਾਰੀਆਂ ਮੁਤਾਬਕ ਅੰਮ੍ਰਿਤਸਰ 'ਚ ਹੋਏ ਰੇਲ ਹਾਦਸੇ ਤੋਂ ਬਾਅਦ ਲਗਭਗ ਸਾਰੇ ਹੀ ਲੋਕ ਆਪੋ ਆਪਣੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਲਿਜਾ ਕੇ ਸੰਸਕਾਰ ਕਰ ਚੁੱਕੇ ਨੇ, ਪਰ ਇੱਕ ਧੜ ਅਜੇ ਵੀ ਇੱਥੋਂ ਦੇ ਥਾਣੇ ਅੰਦਰ ਬਰਫ਼ 'ਚ ਲਗਾ ਕੇ ਸੁਰੱਖਿਅਤ ਰੱਖਿਆ ਗਿਆ, ਕਿਉਂਕਿ ਨਾ ਤਾਂ ਹਾਲੇ ਤੱਕ ਇਸ ਧੜ ਦਾ ਸਿਰ ਮਿਲਿਆ ਅਤੇ ਨਾ ਹੀ ਇਸ ਦੇ ਵਾਰਸ ਅੱਗੇ ਆਏ ਨੇ। ਅਧਿਕਾਰੀਆਂ ਮੁਤਾਬਕ ਸਰਕਾਰ ਵੱਲੋਂ ਮ੍ਰਿਤਕ ਦੇ ਵਾਰਸਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦਿੱਤੇ ਜਾਣ ਦੇ ਐਲਾਨ ਤੋਂ ਬਾਅਦ ਇਹ ਧੜ ਹੁਣ ਲੋਕਾਂ ਨੂੰ ਆਪਣਾ ਲੱਗਣ ਲੱਗ ਪਿਆ, ਜਿਸ ਦਾ ਕਾਰਨ ਇਹ ਹੈ ਕਿ ਹੁਣ ਤੱਕ ਇਸ ਧੜ 'ਤੇ 3 ਲੋਕ ਦਾਅਵਾ ਜਤਾ ਚੁੱਕੇ ਨੇ। ਇਸ ਬਾਰੇ ਤੁਹਾਨੂੰ ਹੋਰ ਦੱਸ ਦਈਏ ਕਿ ਅੰਮ੍ਰਿਤਸਰ ਥਾਣਾ GRP ਦੀ ਜਾਂਚ ਅਧਿਕਾਰੀ ਇੰਸਪੈਕਟਰ ਬਲਵੀਰ ਸਿੰਘ ਘੁੰਮਣ ਕਹਿੰਦੇ ਨੇ ਕਿ ਹੁਣ ਤੱਕ ਧੜ 'ਤੇ ਦਾਅਵਾ ਕਰਨ ਆਏ ਵਿਅਕਤੀਆਂ 'ਚੋਂ ਇੱਕ ਨੇ ਆਪਣਾ ਨਾਂ ਪ੍ਰੀਤਮ ਸਿੰਘ ਦੱਸਿਆ ਅਤੇ ਉਸਦਾ ਕਹਿਣਾ ਸੀ ਕਿ ਇਹ ਧੜ ਉਸਦੇ ਰਿਸ਼ਤੇਦਾਰ ਦਾ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਜਦੋਂ ਉਸਨੇ ਸ਼ੱਕ ਪੈਣ 'ਤੇ DNA ਟੈਸਟ ਕਰਵਾਉਣ ਦੀ ਗੱਲ ਕਹੀ ਤਾਂ ਪ੍ਰੀਤਮ ਸਿੰਘ ਕਦੋਂ ਕਮਰੇ 'ਚੋਂ ਬਾਹਰ ਖਿਸਕ ਗਿਆ ਕਿਸੇ ਨੂੰ ਕੁਝ ਪਤਾ ਨਹੀਂ ਲੱਗਿਆ। ਬਲਬੀਰ ਘੁੰਮਣ ਦੱਸਦੇ ਨੇ ਕਿ ਇਹੋ ਜਿਹੇ ਇੱਕ ਹੋਰ ਵਿਅਕਤੀ ਨੇ ਜਦੋਂ ਇਸ ਧੜ ਨੂੰ ਆਪਣਾ ਚਚੇਰਾ ਭਰਾ ਦੱਸ ਕੇ ਦਾਅਵਾ ਜਿਤਾਉਣ ਦੀ ਗੱਲ ਆਖੀ ਤਾਂ ਉਸ ਨੂੰ ਵੀ DNA ਟੈਸਟ ਕਰਵਾਉਣ ਦੀ ਗੱਲ ਆਖੀ ਗਈ ਅਤੇ ਉਸ ਤੋਂ ਬਾਅਦ ਉਹ ਵਿਅਕਤੀ ਥਾਣੇ ਤੋਂ ਦੌੜ ਗਿਆ। ਬਲਵੀਰ ਸਿੰਘ ਘੁੰਮਣ ਕਹਿੰਦੇ ਨੇ ਕਿ ਉਹਨਾਂ ਨੂੰ ਸਭ ਤੋਂ ਵੱਧ ਹੈਰਾਨੀ ਉਸ ਵੇਲੇ ਹੋਈ ਜਦੋਂ ਇਸ ਧੜ 'ਤੇ ਦਾਅਵਾ ਜਿਤਾਉਣ ਲਈ ਇੱਕ ਅਜਿਹੀ ਔਰਤ ਸਾਹਮਣੇ ਆਈ ਜਿਸਦਾ ਕਹਿਣਾ ਸੀ ਕਿ ਇਹ ਧੜ ਉਸਦੇ ਪਤੀ ਦਾ ਹੈ। ਜਾਂਚ ਅਧਿਕਾਰੀਆਂ ਮੁਤਾਬਕ ਜਦੋਂ ਉਸਨੇ ਔਰਤ ਤੋਂ ਧੜ ਅਤੇ ਉਸਦੇ ਪਤੀ ਦਾ ਹੁਲਿਆ ਪੁੱਛਿਆ ਤਾਂ ਉਹ ਸਹੀ ਸਹੀ ਨਾ ਦੱਸ ਸਕੀ। ਪੁਲਿਸ ਅਧਿਕਾਰੀਆਂ ਨੇ ਇਸ ਔਰਤ ਨੂੰ ਵੀ DNA ਟੈਸਟ ਕਰਵਾਉਣ ਦੀ ਸ਼ਰਤ ਰੱਖੀ ਤਾਂ ਉਹ ਵੀ ਥਾਣੇ ਅੰਦਰੋਂ ਤਿੱਤਰ ਹੋ ਗਈ। ਅਜਿਹਾ ਵਾਰ ਵਾਰ ਕਿਉਂ ਹੋ ਰਿਹਾ ਹੈ, ਕਿਉਂ ਇੱਕ ਧੜ 'ਤੇ ਦਾਅਵਾ ਜਿਤਾਉਣ ਲਈ ਵੱਖ ਵੱਖ ਲੋਕ ਸਾਹਮਣੇ ਆ ਰਹੇ ਨੇ? ਇਸ ਸੰਬੰਧੀ ਗੱਲਬਾਤ ਕਰਨ 'ਤੇ ਪੁਲਿਸ ਅਧਿਕਾਰੀ ਕਹਿੰਦੇ ਨੇ ਕਿ ਇਹਨਾਂ ਨੂੰ ਸ਼ੱਕ ਹੈ ਕਿ ਦਾਅਵਾ ਜਿਤਾਉਣ ਵਾਲੇ ਲੋਕ ਸਰਕਾਰ ਤੋਂ 5 ਲੱਖ ਰੁਪਏ ਠੱਗਣਾ ਚਾਹੁੰਦੇ ਨੇ। ਇਸ ਲਈ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ। ਉੱਧਰ ਇਸ ਬਾਰੇ ਗੱਲਬਾਤ ਕਰਨ 'ਤੇ GRP ਦੇ AIG ਦਲਜੀਤ ਸਿੰਘ ਰਾਣਾ ਕਹਿੰਦੇ ਨੇ ਕਿ ਪੁਲਿਸ ਵੱਲੋਂ ਇਸ ਧੜ ਦਾ ਮੈਡੀਕਲ ਕਾਲਜ ਤੋਂ DNA ਟੈਸਟ ਕਰਵਾਇਆ ਜਾ ਰਿਹਾ ਹੈ। ਇਸ ਲਈ ਪੈਸੇ ਵੀ ਜਮ੍ਹਾਂ ਕਰਵਾ ਦਿੱਤੇ ਗਏ ਨੇ ਅਤੇ DNA ਦਾ ਸੈਂਪਲ ਸੁਰੱਖਿਅਤ ਰੱਖ ਲਿਆ ਗਿਆ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਸ ਧੜ ਦਾ DNA ਕਿਸੇ ਵਾਰਸ ਨਾਲ ਮੈਚ ਨਹੀਂ ਕਰ ਲਿਆ ਜਾਂਦਾ, ਉਦੋਂ ਤੱਕ ਇਸ ਧੜ ਨੂੰ ਕਿਸੇ ਦੇ ਹਵਾਲੇ ਨਹੀਂ ਕੀਤਾ ਜਾਏਗਾ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ। ਦੁਆ ਵੀ ਤਕਦੀਰ ਬਦਲ ਸਕਦੀ ਹੈ। ਰੂਹਾਨੀ ਅਤੇ ਕਾਲੇ ਇਲਮ ਦੀ ਮਾਲਕਨ ਬੇਗਮ ਫਾਤਿਮਾ। ਦੁਨੀਆ ਦਾ ਸਭ ਤੋਂ ਚਮਤਕਾਰੀ ਅਮਲ ਮੇਰੇ ਕੋਲ, ਮੇਰੇ ਕਿੱਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਜਾਂ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ, ਲਵ ਮੈਰਿਜ, ਪਿਆਰ ਵਿੱਚ ਧੋਖਾ, ਪਤੀ ਪਤਨੀ 'ਚ ਅਣਬਣ, ਕੀਤਾ ਕਰਾਇਆ, ਲਾਟਰੀ ਦਾ ਇਨਾਮੀ ਮੌਕਾ, ਜਾਦੂ ਟੋਣੇ ਦਾ ਤੋੜ, ਸੋਤਨ ਦੁਸ਼ਮਣ ਤੋਂ ਛੁਟਕਾਰਾ, ਔਲਾਦ ਸੁੱਖ, ਬੁਰੀ ਸੰਕਟ ਜਾਂ ਨਸ਼ਾ ਛੁਡਾਉਣਾ, PR ਵਿਦੇਸ਼ ਯਾਤਰਾ, ਨੌਕਰੀ ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਦੁਆਰਾ ਕਿਸੇ ਨੂੰ ਵੀ ਆਪਣੇ ਵੱਸ ਵਿੱਚ ਕਰੋ। ਤੁਹਾਡੀ ਲਾਟਰੀ ਨਿਕਲੇਗੀ ਜਾਂ ਨਹੀਂ, ਸੱਚਾਈ ਜਾਣੋ। ਤੁਸੀਂ ਘਰ ਬੈਠੇ ਹਰ ਪਰੇਸ਼ਾਨੀ ਦਾ ਹੱਲ ਸਿਰਫ 11 ਘੰਟੇ ਵਿੱਚ ਕਰਵਾ ਸਕਦੇ ਹੋ। ਗਾਰੰਟੀ ਅਸਟਾਮ ਪੇਪਰ ਤੇ ਲਿਖ ਕੇ ਲਵੋ ਜੀ। ਤਾਵੀਜ਼ ਪ੍ਰਾਪਤ ਕਰਕੇ ਹੀ ਅਸਰ ਸ਼ੁਰੂ।